ਤੁਸੀਂ ਬਿਮਾਰ ਹੋਏ ਸੀ ਜੀ ਬੇਟੀ ਕਿੰਨੇ ਸਾਥ ਦਿੱਤਾ ਤੇ ਕਿੰਨੇ ਛੱਡ ਦਿੱਤਾ ਜੰਬਲ ਪੁੱਤਰ ਪੰਜਾਬ ਹੈ ਉਰਦੂ ਤੇ ਮੈਂ ਪਿਛਲੇ 50-55 ਸਾਲ ਤੋਂ ਉਂਗਲ ਨਹੀਂ ਰੱਖਣ ਦਿੱਤੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਪਾਕਿਸਤਾਨੀ ਹੀਰਿਆਂ ਦਾ ਸ਼ਿਕਵਾ ਰਹਿੰਦਾ ਹੈ ਕਿ ਪਾਕਿਸਤਾਨੀ ਜਿਹੜੇ ਹੈਗੇ ਨੇ ਉਹ ਕਦਰ ਨਹੀਂ ਕਰਦੇ ਤੁਸੀਂ ਇਸ ਬਾਰੇ ਵਿੱਚ ਕੀ ਕਹਿੰਦੇ ਅਸਲਾਮ ਅਲੈਕੁਮ ਜੀ ਵਾਲੇਕੁਮ ਸਲਾਮ ਬੇਟੇ ਜਿੱਧਰ ਵੀ ਮਾਂ ਬੋਲੀ ਦਾ ਜ਼ਿਕਰ ਹੋਵੇ ਉਧਰ ਤੁਸੀਂ ਮੌਜੂਦ ਹੁੰਦੇ ਹੋ ਜੀ ਬੇਟਾ ਇਹ ਕੀ ਵਜ੍ਹਾ ਹੈ ਮੇਰੀ ਜੰਬਲ ਪੁੱਤਰ ਪੰਜਾਬ ਹੈ ਉਰਦੂ ਤੇ ਮੈਂ ਪਿਛਲੇ 50-55 ਸਾਲ ਤੋਂ ਉਂਗਲ ਨਹੀਂ ਰੱਖਣ ਦਿੱਤੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਲਾਮਾ ਇਕਬਾਲ ਕਿਤੇ ਬਾਹਰ ਸੀ ਉਹ ਵੀ ਪੰਜਾਬ ਤੋਂ ਹੀ ਸੀ ਸੋ ਇਹ ਸਾਡੀ ਸ਼ਨਾਖਤ ਹੈ ਮੇਰੀ ਮਾਂ ਬੋਲੀ ਜਿਹੜੀ ਇਹ ਮੇਰਾ ਮਾਣ ਹੈ ਮੇਰੀ ਸ਼ਾਨ ਹੈ ਇਹਦੀ ਰਹਿਤਲ ਇਹਦਾ ਕਲਚਰ ਇਹਦੇ ਰਸਮੋ ਰਿਵਾਜ ਇਹਦੀਆਂ ਟ੍ਰੈਡੀਸ਼ਨ ਇਹਦੇ ਜਿੰਨੇ ਹਵਾਲੇ ਨੇ ਉਹੀ ਤਾਂ ਸਾਡੀ ਸ਼ਨਾਖਤ ਹੈ ਅੱਜ ਅਸੀਂ ਆਪਣੀ ਇਸ ਮਾਂ ਬੋਲੀ ਦਿਹਾੜ ਦੇ ਉੱਤੇ ਪੂਰੇ ਪਾਕਿਸਤਾਨ ਦੇ ਪੰਜਾਬੀ ਇਕੱਠੇ ਹੋਏ ਆ ਹਰ ਸ਼ੋਭੇ ਦੇ ਇੱਥੇ ਮੌਜੂਦ ਨੇ ਔਰ ਅਸੀਂ ਇੱਕ ਦੂਸਰੇ ਨਾਲ ਪੰਜਾਬੀ ਬੋਲਣੇ ਪਿਆ ਸਾਡੇ ਅੰਦਰ ਇੱਕ ਕਰਿਜ਼ਮਾ ਜਿਹੜਾ ਹੋਇਆ ਇੰਝ ਇੱਕ ਦੂਸਰੇ ਨਾਲ ਜੁੜ ਕੇ ਅਸੀਂ ਅੱਜ ਬੈਠੇ ਹਾਂ ਇੱਥੇ ਮੈਂ ਇਸ ਬੜੀ ਮੁਬਾਰਕ ਦਿੰਦਾ ਆਪਣੀ ਸਾਰੀ ਪਾਕਿਸਤਾਨੀਆਂ ਨੂੰ ਜਿਹਨਾਂ ਨੇ ਅੱਜ ਆਪਣੀ ਇਸ ਪੰਜਾਬ ਦੀ ਮਾਂ ਬੋਲੀ ਲਈ ਇੱਥੇ ਇਕੱਠਾ ਇਕੱਠ ਕੀਤਾ ਅਤੇ ਸਾਰੇ ਦੇ ਸਾਰੇ ਮੁਸਲਿਮ ਸੈਗਮੈਂਟਸ ਨੇ ਔਰ ਪਾਕਿਸਤਾਨ ਪੜ੍ਹਦੇ ਲੋਕ ਇੱਥੇ ਆਏ ਨੇ ਅਤੇ ਅੱਜ ਅਸੀਂ ਇੱਕ ਡਿਮਾਂਡ ਹੈ ਮੇਰੀ ਜਿਹੜੀ ਅਸੀਂ ਸਾਰੇ ਕਰਨੇ ਪਿਆ ਕਿ ਸਾਡੇ ਅਰਬਾਬ ਇਖਤਿਆਰ ਜਿਹੜੇ ਨੇ ਸਾਡੀ ਜਿਹੜੀ ਮਾਂ ਬੋਲੀ ਪੰਜਾਬੀ ਹੈ ਉਹਨੂੰ ਨਾ ਤਾਂ ਸਕੂਲਾਂ 'ਚ ਪੜ੍ਹਾਇਆ ਜਾਂਦਾ ਹੈ ਨਾ ਸਾਡਾ ਮੀਡੀਆ ਜਿਹੜਾ ਉਹਦੇ 'ਤੇ ਇਹਦਾ ਕੋਈ ਐਸਾ ਸੈਗਮੈਂਟ ਕਦੀ ਦਿਖਦਾ ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਜਿਵੇਂ ਮੁਲਕ ਦੇ ਸਾਰੇ ਸੂਬਿਆਂ 'ਚ ਉਹਨਾਂ ਦੀ ਜਿਹੜੀ ਇਲਾਕਾਈ ਜ਼ੁਬਾਨ ਹੈ ਉਹ ਸਾਰੀਆਂ ਦੇ ਪ੍ਰੋਗਰਾਮ ਹੁੰਦੇ ਨੇ ਉਹਨੂੰ ਪੜ੍ਹਾਇਆ ਵੀ ਜਾਂਦਾ ਸਾਡੇ ਕਿਉਂ ਨਹੀਂ ਇਹਦੇ 'ਤੇ ਥੋੜ੍ਹਾ ਗੌਰ ਹੋਣਾ ਚਾਹੀਦਾ ਥੈਂਕ ਯੂ ਬੇਟੇ ਥੈਂਕ ਯੂ ਤੁਸੀਂ ਬਿਮਾਰ ਹੋਏ ਸੀ ਜੀ ਬੇਟੀ ਕਿੰਨੇ ਸਾਥ ਦਿੱਤਾ ਤੇ ਕਿੰਨੇ ਛੱਡ ਦਿੱਤਾ ਮੇਰਾ ਅੱਲਾ ਮੀਆਂ ਮੇਰੇ ਨਾਲ ਹਮੇਸ਼ਾ ਹੈਗਾ ਕੋਈ ਸਾਥ ਮੈਨੂੰ ਦੇਵੇ ਨਾ ਦੇਵੇ ਮੈਨੂੰ ਉਹਨਾਂ ਕੋਈ ਫਰਕ ਨਹੀਂ ਪੈਂਦਾ ਮੈਂ ਫਿਕਸ ਬਿਲੀਵਰ ਹੈਗਾ ਮੇਰੇ ਇਮਾਨ ਔਰ ਬਿਲੀਵਸ ਬੜੇ ਪੱਕੇ ਨੇ ਮੈਨੂੰ ਜਿਸ ਹਾਲ 'ਚ ਵੀ ਰੱਬ ਜਦੋਂ ਮੈਂ ਬਿਮਾਰ ਹੁੰਦਾ ਅਤੇ ਉਹ ਕੋਈ ਮੇਰੇ ਕਫਾਰੇ ਹੈਗੇ ਨੇ ਜਿਹੜੇ ਮੈਂ ਉਸ ਬਿਮਾਰੀ 'ਚ ਕਰ ਰਿਹਾ ਹੁੰਦਾ ਉਹ ਮੇਰਾ ਰੱਬ ਅਤੇ ਉਹ ਬਟਾ ਉਹ ਸਾਰਿਆਂ ਨੇ ਸਾਥ ਦਿੱਤਾ ਸੀ ਮੈਨੂੰ ਹਕੂਮਤ ਦਾ ਵਕਤ ਨੇ ਵੀ ਦੇਰ ਨਾਲ ਸਾਥ ਦਿੱਤਾ ਲੇਕਿਨ ਦਿੱਤਾ ਸੀ ਥੋੜ੍ਹਾ ਜਿਹਾ ਸਾਥ ਉਹਨਾਂ ਦੀ ਮਿਹਰਬਾਨੀ ਹੈ ਉਹਨਾਂ ਦੀ ਪੰਜਾਬੀ ਸਾਥੀਆਂ ਨੇ ਵੀ ਦਿੱਤਾ ਸੀ ਪੰਜਾਬੀ ਸਾਰੇ ਮੇਰੇ ਨਾਲ ਮੇਰੇ ਕੋਲ ਮੇਰੇ ਘਰ ਮੇਰੀ ਖੈਰ ਖਰੀਅਤ ਲਈ ਆਏ ਔਰ ਪੂਰੇ ਮੁਲਕ ਤੋਂ ਮੇਰੇ ਸੱਜਣ ਮੇਰੇ ਕੋਲ ਆਏ ਮੈਂ ਉਹਨਾਂ ਦਾ ਵੀ ਮਸ਼ਕੂਰ ਹੈ ਉਹਨਾਂ ਦੀਆਂ ਦੁਆਵਾਂ ਨਾਲ ਹੀ ਮੈਂ ਠੀਕ ਹੋ ਗਿਆ ਅਤੇ ਦੇਖ ਲਓ ਬਾਬਰ ਸ਼ੇਰ ਵਾਂਗਰ ਫਿਰ ਤੁਹਾਡੇ ਸਾਹਮਣੇ ਖਲੋਤਾ ਉਸੇ ਤਰ੍ਹਾਂ ਰੋਜ਼ ਤੁਹਾਨੂੰ ਨਜ਼ਰ ਆਉਂਦਾ ਉਹਨਾਂ ਸਾਰਿਆਂ ਦਾ ਮੇਰੇ ਫੈਨਸ ਮੇਰੇ ਪਿਆਰੇ ਜਿਹੜੇ ਉਹਨਾਂ ਨੇ ਮੇਰੇ ਨਾਲ ਬੜੀ ਮੁਹੱਬਤ ਹੈ ਉਹਨਾਂ ਦੀਆਂ ਦੁਆਵਾਂ ਮੇਰਾ ਅਹਿਸਾਸ ਹੈ ਔਰ ਮੈਨੂੰ ਫਖਰ ਹੈ ਉਹਦੇ 'ਤੇ ਕਿ ਮੇਰੇ ਨਾਲ ਇਸ ਆਲਮੇ ਪੀਰੀ 'ਚ ਵੀ ਮੇਰੇ 'ਤੇ ਜਾਨ ਮਾਰਦੇ ਨੇ ਪਾਕਿਸਤਾਨੀ ਹੀਰਿਆਂ ਦਾ ਸ਼ਿਕਵਾ ਰਹਿੰਦਾ ਹੈ ਕਿ ਪਾਕਿਸਤਾਨੀ ਜਿਹੜੇ ਹੈਗੇ ਨੇ ਉਹ ਕਦਰ ਨਹੀਂ ਕਰਦੇ ਤੁਸੀਂ ਇਸ ਬਾਰੇ ਵਿੱਚ ਕੀ ਕਹਿੰਦੇ ਨਹੀਂ ਬੇਟਾ ਐਸਾ ਨਹੀਂ ਹੈ ਤੁਸੀਂ ਜਿਸਲੇ ਕੋਈ ਜ਼ਿੰਦਗੀ ਪੋਜ਼ਿਟਿਵ ਐਕਟ ਕੀਤਾ ਹੁੰਦਾ ਉਹਦਾ ਰਿਐਕਟ ਜਿਹੜਾ ਤੁਹਾਨੂੰ ਪੋਜ਼ਿਟਿਵ ਹੀ ਮਿਲੇਗਾ ਬਾਬੇ ਆਜ਼ਮ ਨੂੰ ਜਦੋਂ ਜੰਨਤ 'ਚੋਂ ਅੱਲਾ ਮੀਆਂ ਨੇ ਜ਼ਮੀਨ 'ਤੇ ਭੇਜਿਆ ਸੀ ਤਾਂ ਕਿਉਂ ਭੇਜਿਆ ਸੀ ਜੰਨਤ ਦਾ ਜਿਹੜਾ ਰਾਜ ਕਵਾਇਦੋ ਜ਼ਵਾਬਤ ਸਨ ਉਹਦੇ 'ਚ ਇੱਕ ਸ਼ਿਕ ਸੀ ਜਿਹਨੂੰ ਨਹੀਂ ਛੇੜਨਾ ਸੀ ਅਤੇ ਬਾਬੇ ਜੀ ਨੇ ਛੇੜ ਦਿੱਤੀ ਉਹਨਾਂ ਨੂੰ ਜ਼ਮੀਨ 'ਤੇ ਭੇਜਤਾ ਕਹਿੰਦੇ ਸੋ ਰੱਬ ਨੇ ਪਹਿਲੇ ਇਨਸਾਨ 'ਤੇ ਇਹ ਇੰਪਲੀਮੈਂਟਸ ਕਰ ਦਿੱਤੀ ਕਿ ਤੇਰੇ ਅਮਲ ਨਾਲ ਉਹਦੀ ਜਜ਼ਾ ਔਰ ਸਜ਼ਾ ਤੁਹਾਨੂੰ ਮਿਲੀ ਅਸੀਂ ਪੋਜ਼ਿਟਿਵ ਐਕਟ ਜਦੋਂ ਕਰ ਰਹੇ ਹਾਂ ਨਾ ਸਾਨੂੰ ਉਹਦਾ ਰਿਐਕਟ ਪੋਜ਼ਿਟਿਵ ਹੀ ਮਿਲੇ ਅਤੇ ਜੇ ਅਸੀਂ ਕਿਤੇ ਖੋਚਲ ਪੁਣੇ ਨਾਲ ਕੋਈ ਦਾਲ ਲਾਉਣ ਨਿਕਲੇ ਹੋਵਾਂ ਅਤੇ ਉਹਦੇ ਆਫਟਰ ਇਫੈਕਟ ਉਹ ਹੋਣਗੇ ਐਸਾ ਨਹੀਂ ਹੈ ਮੈਂ ਇਤਫਾਕ ਨਹੀਂ ਕਰਦਾ ਤੁਹਾਡੀ ਇਸ ਲੌਜਿਕ ਨਾਲ ਤੁਹਾਡਾ ਐਕਟ ਪੋਜ਼ਿਟਿਵ ਹੋਣਾ ਚਾਹੀਦਾ ਉਹਦਾ ਰਿਐਕਟ ਹਮੇਸ਼ਾ 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 ਪੋਜ਼ਿਟਿਵ ਹੀ ਮਿਲੇਗਾ ਸਾਨੂੰ ਬਹੁਤ ਸ਼ੁਕਰੀਆ ਨਾਜ਼ਰੀਨ ਹਮਾਰੇ ਸਾਥ ਜੋ ਹੈ ਪ੍ਰਾਈਡ ਆਫ ਪਰਫੋਰਮਿਸ ਰਾਸ਼ਿਦ ਮਹਿਮੂਦ ਸਾਹਿਬ ਜੋ ਹੈ ਮੌਜੂਦ ਥੇ ਔਰ ਉਹਨੇ ਬਹੁਤ ਜ਼ਿਆਦਾ ਜੋ ਹੈ ਅੱਛਾ ਇਮੇਜ ਜੋ ਹੈ ਪਹੁੰਚਾਇਆ ਕਿ ਵੀ ਐਸਾ ਨਹੀਂ ਹੈ ਕਿ ਵੀ ਕਦਰ ਨਹੀਂ ਕੀ ਜਾਤੀ ਹੈ ਅਗਰ ਆਪਨੇ ਅੱਛਾ ਕੰਮ ਕੀਆ ਹੋ ਤੋ ਯਕੀਨਨ ਆਪਕੀ ਕਦਰ ਵੀ ਕੀ ਜਾਤੀ ਹੈ ਇਸੀ ਕੇ ਸਾਥ ਕਿੰਜ਼ਾ ਵਹੀਦ ਕੋ ਇਜਾਜ਼ਤ ਦੀਜੀਏ ਪਾਕਿਸਤਾਨ ਜ਼ਿੰਦਾਬਾਦ